ਸਵਾਗਤ ਹੈ ਜੀ ਤੁਹਾਡਾ ਅੱਜ ਦੇ ਇੱਕ ਨਵੇਂ ਵਲੌਗ 'ਚ। ਸੋ ਹੋਪ ਕਰਦੇ ਹਾਂ ਸਾਰੇ ਤੁਸੀਂ ਵਧੀਆ ਹੋ ਗਏ, ਮੈਂ ਵੀ ਵਧੀਆ ਹਾਂ। ਮੈਂ ਆਇਆ ਸੀਗਾ ਨਾਨੀ ਜੀ ਘਰੇ, ਬੱਚੇ ਦੇਖੋ ਬਾਈਕ ਨਾਲ ਚੱਕੇ ਨੇ ਸਾਰੇ, ਅੰਕਲ ਜੀ ਵੀ ਲੱਗੇ ਨੇ। ਅਤੇ ਯਾਰ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ, 45 ਟੈਂਪਰੇਚਰ ਹੈ ਇਸ ਟਾਈਮ ਲੁਧਿਆਣੇ ਦਾ। ਅਤੇ ਹਣੀ ਨੂੰ ਅੱਜ ਜੋਬ ਦੀ ਹੈਗੀ ਛੁੱਟੀ, ਹਣੀ ਨੂੰ ਫੋਨ ਕੀਤਾ ਆ, ਮੈਂ ਕਿਹਾ ਅਸੀਂ ਪੂਲ 'ਤੇ ਚੱਲਦੇ ਹਾਂ। ਹੁਣ ਉਹ ਇਸ ਟਾਈਮ ਸੁੱਤਾ ਹੋਇਆ ਸੀਗਾ, ਹੁਣ ਉਹ ਕਹਿੰਦਾ ਵੀ ਇੱਕ ਉੱਠ ਕੇ ਮੈਂ ਦੇਖਦਾ ਹਾਂ, ਪਹਿਲੇ ਉਹਦੇ ਘਰ ਵੀ ਨਹੀਂ ਕੋਈ ਹੈਗਾ, ਫਿਰ ਅਸੀਂ ਸਲਾਹ ਬਣਾਉਂਦੇ ਹਾਂ ਜਾਂਦੇ ਹਾਂ ਪੂਲ। ਮੁੰਡੇ ਖੁਸ਼ ਹੋਈ ਜਾਂਦੇ ਬਾਈਕ ਦੇਖ ਦੇਖ ਕੇ। ਕਿੱਦਾਂ ਲੈਂਦੀ ਸਾ? ਭੋਲਾ ਦੱਸੇਗਾ ਭੋਲੇ ਕਿਵੇਂ? ਉਹ ਵਿਚਾਰੀ ਆਪ ਦਾ ਸਿੰਪਲ ਬੈਠੀ ਕਿੱਦਾਂ ਕਰਦੀ? ਨਹੀਂ ਕੀਤਾ, ਨਹੀਂ ਕੀਤਾ ਉਹਨੇ। ਤੂੰ ਦੱਸ ਕਿੱਦਾਂ ਕਰਦੀ ਸੀ, ਕਿੱਦਾਂ ਕਿੱਦਾਂ ਕਰਦੀ ਸੀ? ਯਾਰਾ ਦੇਖੋ ਪਿੰਡ ਦੇ ਨਜ਼ਾਰੇ ਕੋਈ ਹੋਰ ਹੈ, ਸਾਰੇ ਪਾਸੇ ਪੇੜ, ਸਾਰੇ ਪਾਸੇ ਆਹ ਦੇਖੋ ਉਹ ਸਾਹਮਣੇ ਖੇਤ ਆ, ਉੱਧਰ ਜਿੱਥੇ ਮੁੰਡਾ ਖੜਿਆ ਦੇ ਕੰਧ ਦੇ ਪਿੱਛੇ ਖੇਤ ਆ। ਪਹਿਲੇ ਅਸੀਂ ਜਾਂਦੇ ਹੁੰਦੇ ਸੀਗੇ ਖੇਤਾਂ 'ਚ, ਵੀ ਤੁਸੀਂ ਵੀਡੀਓ ਦੇਖੀ ਹੋਣੀਆਂ ਨੇ, ਕਾਫੀ ਵਧੀਆ ਸਕੂਨ ਆਉਂਦਾ। ਆਹ ਦੇਖੋ ਖਰਗੋਸ਼, ਪਹਿਲੇ ਦੋ ਹੁੰਦੇ ਸੀਗੇ ਅਤੇ ਇੱਕ ਯਾਰ ਪਤਾ ਨਹੀਂ ਕਹਿੰਦੇ ਬਿੱਲੀ ਚੱਕ ਕੇ ਲੈ ਗਈ, ਹੁਣ ਇਹਨੂੰ ਵਿਚਾਰੇ ਨੂੰ ਇਕੱਲੇ ਨੂੰ ਬੰਦ ਕੀਤਾ ਹੋਇਆ। ਅਤੇ ਹੁਣ ਅਸੀਂ ਨਿਕਲਣਾ ਆ ਘਰੇ, ਹਣੀ ਦਾ ਫੋਨ ਕੀਤਾ ਸੀਗਾ ਹਣੀ ਨੂੰ, ਉਹ ਕਹਿੰਦਾ ਮੈਂ ਰੈਡੀ ਹੋ ਰਿਹਾ ਹਾਂ। ਮੈਂ ਹੁਣ ਰੁਮਾਲ ਇਹੀ ਬੰਨੀ ਰੱਖਾਂਗਾ ਕਿਉਂਕਿ ਵਾਲ ਤਾਂ ਤੁਹਾਨੂੰ ਪਤਾ ਗਿੱਲੇ ਹੋਏ ਨੇ, ਪਰਨਾ ਵੀ ਨਹੀਂ ਬੰਨ ਸਕਦਾ। ਅਤੇ ਟੀ ਸ਼ਰਟ ਚੇਂਜ ਕਰਾਂਗੇ, ਟੀ ਸ਼ਰਟ ਪਾਈ ਰੱਖਾਂਗਾ, ਇਹਦੇ ਨੀਚੇ ਸੈਂਡੋ ਪਾ ਲਾਂਗਾ। ਅਤੇ ਨਿਕਲਦੇ ਹਾਂ, ਹੁਣ ਟਾਈਮ ਕਾਫੀ ਹੋ ਰਿਹਾ ਤਾਂ ਟਾਈਮ ਸਿਰ ਆਵਾਂਗੇ। ਚਲੋ ਨਿਕਲਦੇ ਹਾਂ ਸਵਿਮਿੰਗ ਪੂਲ ਲਈ। ਚੈੱਕ ਕਰਨਾ ਬੋਡੀ, ਬੋਲੀ ਕਹਿੰਦਾ ਹਲਕ ਦੀ ਬੋਲੀ ਚੈੱਕ ਕਰੋ, ਬੋਲੀ ਨਹੀਂ ਬੋਡੀ। ਲੋ ਜੀ ਚਾਵੀ ਆ ਗਈ ਇੱਧਰ ਆਪਣੀ, ਪੀ ਲੈ, ਵੇਖ ਲੈ ਫਿਰ, ਫਿਰ ਵੇਖ ਲੈ। ਚਾਵੀ ਲੱਗੀ ਬਾਈਕ, ਕਹਿਣ ਡਿਆ ਕੀ ਵਧੀਆ ਲੱਗਾ ਇਹਦੇ 'ਚ? ਇੰਸਟਾਗ੍ਰਾਮ ਦਾ ਆ ਤੇ ਯੂਟਿਊਬ ਦਾ ਆ, ਹੁਣ ਤੁਸੀਂ ਆ ਜਾਣਾ, ਠੀਕ ਹੈ, ਹੈਲੋ ਕਰ ਦਿਓ ਸਾਰਿਆਂ ਨੂੰ। ਚਲੋ ਹਣੀ ਆ ਰਿਹਾ, ਯਾਰ ਅੰਕਲ ਦਾ ਢਿੱਡ ਵੇਖੋ, ਮੈਨੂੰ ਢਿੱਡ ਵੇਖ ਕੇ ਆਸਾ ਆਡੂ ਵੇਖੋ ਵਧੀਆ ਬਣਿਆ ਯਾਰ, ਅੰਕਲ ਨੇ ਜਦੋਂ ਡਾਈ ਮਾਰੀ ਨਾ ਸਾਰਾ ਪਾਣੀ ਬਾਹਰ ਆਇਆ ਨਾ, ਦੇਖੀ ਆ ਲੱਗੇ ਮੁੰਡੇ। ਇਹ ਅੰਕਲ ਨੇ ਬਣਾਉਣੀ ਵੀਡੀਓ, ਆ ਰਿਹਾ ਤਾਂ ਕੈਮਰਾਮੈਨ, ਚੱਲ ਵੀ ਅੰਕਲ ਪਾਣੀ ਬਾਹਰ, ਅੰਕਲ ਅੰਦਰ ਪਾਣੀ ਬਾਹਰ, ਆ ਦੇਖੋ ਮੁੰਡੇ ਲੱਗੇ। ਇਹ ਤਾਂ ਵਧੀਆ ਬਣਿਆ ਯਾਰ, ਬਟ ਦੋ ਆ, ਇੱਕ ਉੱਧਰ ਛੋਟਾ ਆ ਅਤੇ ਇੱਧਰ ਵੱਡਾ ਆ ਡੂੰਘਾ ਵਾਲਾ, ਅਤੇ ਉਹ ਨੋਰਮਲ ਆ, ਉੱਧਰ ਬੱਚੇ ਆ ਸਾਰੇ, ਇੱਧਰ ਵੱਡੇ
ਹੈ ਰਹਿ ਸਕਦਾ ਵਿੱਚ ਰਹਿ ਸਕਦਾ ਚੱਲ ਇਹਨੂੰ ਸਵੀਮਿੰਗ ਆਉਂਦੀ ਮੈਨੂੰ ਨਹੀਂ ਆਉਂਦੀ ਹੁਣ ਮੈਂ ਤਾਂ ਹਣੀ ਇੱਕ ਬੈਟ ਲਗਾ ਰਿਹਾ ਪਾਣੀ ਦੇ ਵਿੱਚ ਜਾਣਾ ਕਿੰਨੀ ਦੇਰ ਰਹਿੰਦਾ ਕੌਣ ਰਹਿੰਦਾ ਠੀਕ ਹੈ ਅਤੇ ਕਰੀਏ ਸਟਾਰਟ ਚੱਲ ਰਹੀ 3 2 1 ਹਣੀ ਗਿਆ ਹੁਣ ਉਹਦਾ ਡਾਈ ਮਾਰਨ ਉਹ ਸਾਹਮਣੇ ਮਾਰੂਗਾ ਤੇ ਇੱਧਰ ਆਊਗਾ ਮੈਨੂੰ ਯਾਰ ਸਵੀਮਿੰਗ ਨਹੀਂ ਆਉਂਦੀ ਹਣੀ ਨਹੀਂ ਆਉਂਦੀ ਥੋੜ੍ਹੀ ਬਹੁਤੀ ਅਤੇ ਹਣੀ ਲਾਉਂਦਾ ਦੇਖਿਓ ਚੱਲ ਆ ਦੇਖੋ ਆਇਆ 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 ਹਿਲਦਾ ਬਹੁਤ ਯਾਰ ਪਾਣੀ ਪਾਣੀ 'ਚ ਫੋਨ ਹਿਲਦਾ ਬਹੁਤ ਆ ਗਿਆ ਇੱਧਰ ਚੈੱਕ ਕਰੋ ਆਪਣਾ ਲੱਗੇ ਲੱਗੇ ਇੱਧਰ ਕੁਸ਼ਤੀ ਚੱਲ ਰਹੀ ਭਰਾ ਲੈ ਬਈ ਅੰਕਲ ਨੇ ਮਾਰੀ ਡਾਈ ਪਾਣੀ ਬਾਹਰ ਅੰਕਲ ਦਾ ਢਿੱਡ ਕੀ ਹੈ ਅੰਕਲ ਦਾ ਢਿੱਡ ਇੱਦਾਂ ਕਰ ਦੋ ਇੱਦਾਂ ਕਰੀ ਦੁਬਾਰਾ ਕਿੱਦਾਂ ਨਹੀਂ ਨਹੀਂ ਜੋ ਪਹਿਲੇ ਕਰ ਰਿਹਾ ਸੀ ਜੋ ਪਹਿਲੇ ਕਰ ਰਿਹਾ ਸੀ ਜੋ ਪਹਿਲੇ ਬੋਲਿਆ ਸੀ ਮਨੁੱਖ ਲੱਗ ਰਿਹਾ ਮਤ ਕਰੋ ਰਹਿਣ ਲੋ ਰਹਿਣ ਲੋ ਬਹੁਤ ਬੁਰੇ ਲੱਗ ਰਹੇ ਤੋਬਾ 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 ਸਾਰਾ ਮੂਡ ਖਰਾਬ ਕਰ ਲਿਆ ਆ ਲੱਗੀ ਸਾਰੇ ਚੱਲ ਬਈ ਹਾਂ ਇਹ ਕਰ ਲੋ ਪਹਿਲੇ ਚਲ ਆਇਆ ਹੁਣ ਡਰ ਲੱਗਦਾ ਲੱਤ ਕਰਕੇ ਨਾ ਥੋੜੀ ਪੇਨ ਹੁੰਦੀ ਹੈ ਲੱਤ ਤੇ ਤਾਂ ਨੀ ਮੈਂ ਮਾਰਦਾ ਇੱਧਰ ਦੇਖੋ ਮੁੰਡੇ ਮਾਰਨਗੇ ਉੱਧਰ ਦੇ ਹਣੀ ਮਾਰੂਗੇ ਚੱਲ ਬਈ ਚੱਲ ਬਈ ਮਾਰ ਦੇ ਚੱਲ ਹਣੀ ਇੱਕ ਚਲੋ ਐਨੇ ਤੇ ਕਹਾਣੀ ਖਤਮ ਕਰਤੀ ਉਹ ਬਾਈ ਮਾਰੂਗਾ ਹੁਣ ਚੱਲ ਬਈ ਚੱਲ ਗਿਆ ਚੱਲ ਬਈ ਇਹ ਚੱਲ ਗਈ ਇਹਨੂੰ ਵੱਜੀ ਹੋਣੀ ਪੱਕਾ ਛਾਤੀ ਵਾਲੀ ਇੱਧਰ ਕੰਟੀਨ ਵੀ ਹੈਗੀ ਤੁਸੀਂ ਖਾ ਪੀ ਸਕਦੇ ਹੋ ਆਪਦਾ ਅਤੇ ਉੱਧਰ ਮੁੰਡਾ ਸਿਕਿਉਰਿਟੀ 'ਤੇ ਲੱਗਾ ਆਹ ਨਜ਼ਾਰੇ ਚੱਲ ਰਹੇ ਨੇ ਖਿੱਚ ਗਏ ਚੱਲ ਚੱਲ ਆ ਰਹੇ
ਗਈਆਂ ਆਪਣੀਆਂ ਪੈਟੀਆਂ ਯਾਰ, ਗਰਮ ਕਰਦੇ ਹੋਰ ਲੈਟ ਨਹੀਂ ਹੈਗੀ। ਚੱਲ ਠੀਕ ਆ, ਇੰਨੀ ਵੀ ਬਹੁਤ ਆ। ਅਤੇ ਸੋਸ ਪਾ ਲਈਏ ਥੋੜ੍ਹੀ ਜਿਹੀ। ਪਰ ਨਾਲ ਰੱਖਦੇ ਚਲੋ, ਨਜ਼ਾਰੇ ਨਾਲ ਹੀ ਨੇ ਕਿ ਯਾਰ ਕੰਨਾਂ 'ਚ ਪਾਣੀ ਜ਼ਿਆਦਾ ਚੱਲ ਜਾਂਦਾ। ਮੇਰੇ ਨਾਲ ਕੰਨਾਂ 'ਚ ਪਾਣੀ ਜਾਂਦਾ, ਹੋਰ ਕੋਈ ਦਿੱਕਤ ਨਹੀਂ ਹੁੰਦੀ। ਕੰਨ ਮੇਰੇ ਬੰਦ ਆ, ਨੱਕ ਵੀ ਬੰਦ ਹੋ ਗਿਆ। ਅਤੇ ਇੱਧਰ ਚੰਗਾ ਹੋਵੇ, ਕਿੱਦਾਂ ਜਾ ਰਹੀ ਚਾਹ ਸੋੜ ਦੇ ਵਿੱਚ ਚੱਲ ਗਿਆ ਇਹ ਅੱਗੇ। ਅੰਕਲ ਜੀ ਚੱਲੇ ਨੇ ਤਾਂ ਮਜ਼ਾ ਆਉਣਾ ਸਾਰਿਆਂ ਨੇ, ਤਾਂ ਨਾਣਾ ਅੰਕਲ ਜੀ ਚੱਲੇ ਨੇ। ਸਬਲ ਗੈਂਗ, ਸਬਲ ਗੈਂਗ। ਕਿੱਧਰ ਗਏ ਅੰਕਲ? ਅੰਕਲ ਦੇ ਰਾਸ਼ਨ ਹੀ ਖਤਮ ਕਰ ਰਹੇ ਅੰਦਰ। ਅੰਕਲ ਉੱਧਰ ਵੇਖ, ਚੰਗਾ ਰਾਸ਼ਨ ਅੰਕਲ ਖਾ ਰਹੇ। ਹੁਣ ਅਸੀਂ ਸਪਰਾਈਟ ਲਿੱਤੀਆਂ ਨੇ ਅਤੇ ਕੁਛ ਖਾਣ ਲਈ ਯਾਰ ਦੇਖ ਰਹੇ ਨੇ, ਭੁੱਖ ਬਹੁਤ ਲੱਗੀ ਆ। ਬਾਹਰੋਂ ਦੇਖਾਂਗੇ, ਇੱਥੇ ਕੁਛ ਹੈਗਾ ਨਹੀਂ ਯਾਰ। ਉਹ ਪੈਟਿਸ ਖਾਧੀਆਂ ਬਿਲਕੁਲ ਬੇਕਾਰ। ਇਹ ਉੱਗ ਗਿਆ ਅੰਕਲ, ਪਾਣੀ ਬਾਹਰ ਖਾ ਕੇ ਫਿਰ ਅੰਕਲ ਗਿਆ, ਹੁਣ ਫਿਰ ਬਾਹਰ ਆਏਗਾ ਫਿਰ ਖਾਏਗਾ। ਅੰਕਲ ਇਹੀ ਕੰਮ ਬੜੇ ਜੀ ਬਸ। ਗਿਆ ਜੀ ਤੁਹਾਨੂੰ ਉਹ ਅੰਕਲ ਕੋਲ ਚੜੇ ਨਹੀਂ ਜਾ ਰਿਹਾ ਉੱਧਰ ਵੇਖੋ। ਅੰਕਲ ਇੰਨਾ ਖਾਧਾ, ਹੁਣ ਫਿਰ ਬਾਹਰ ਅੰਕਲ ਖਾਣ ਆ ਰਿਹਾ। ਛੋਟੇ ਛੋਟੇ ਮੁੰਡੇ ਦੇਖ ਲਾ ਵੀ, ਮੈਨੂੰ ਮੈਨੂੰ ਡਰ ਲੱਗੀ ਜਾਂਦਾ। ਤੇ ਚੱਲ ਗਈ, ਚਲੋ ਬਈ ਚੱਲ ਬਈ, ਇਹ ਚੱਲ ਬਈ। ਸੋਨੇ ਦੀ ਚੈਨ ਪਾਈ ਮੁੰਡੇ ਨੇ, ਸੋਨੇ ਦੀ ਚੈਨ ਵਹਾ ਦੇ ਆਪਣੀ, ਸੋਨੇ ਦੀ ਚੈਨ ਵਹਾ ਪਹਿਲਾਂ। ਆ ਦੇਖੋ ਸੋਨੇ ਦੀ ਚੈਨ ਚੈੱਕ ਕਰਿਓ, ਇਹਦੀ ਸੋਨੇ ਦੀ ਚੈਨ ਦਿਖਾ ਪਹਿਲਾਂ। ਚੱਲਾ ਵੀ ਆਪਣਾ ਚੈਨ ਚੈੱਕ ਕਰ ਮੁੰਡੇ ਦੀ। ਚੱਲ ਬਈ ਹਣੀ ਚੱਲਾ ਆਪਣੇ, ਚੱਲ ਬਈ ਉਹਦੇ ਵਾਲ ਖੁੱਲ ਗਏ ਹਣੀ ਦੇ। ਹਣੀ ਕਹਿੰਦਾ ਵੀ ਇਹ ਕੜਾ ਸੁੱਟ ਮੈਂ ਲੱਭ ਕੇ ਲਿਆਵਾਂ, ਠੀਕ ਹੈ। ਚੱਲ ਬਈ ਇਹਨੂੰ ਸਵੀਮਿੰਗ ਥੋੜ੍ਹੀ ਬਹੁਤੀ ਆਉਂਦੀ ਪਰ ਲੱਭਿਆ ਤਾਂ ਫਿਰ ਵੀ ਨਹੀਂ ਜਾਣਾ। ਲੱਭ ਗਿਆ, ਲੱਭ ਲਿਆ, ਲੱਭ ਲਿਆ ਮੇਰੇ ਸ਼ੇਰ ਨੇ, ਉਹ ਫਿਰ ਗਿਆ ਗਿਆ। ਕਰੋ ਪਾਣੀ ਨਾ ਪਾਏ, ਨਹੀਂ ਲੱਭਾ ਇੱਥੇ ਕਰਕੇ ਹੀ ਉਹ ਐਂ ਦੇਖ ਰਿਹਾ ਰਿਹਾ। ਦੋਨੋਂ ਲੱਗ ਗਏ, ਰੈਮ ਦਰਦ ਹੋ ਜਾਏਗਾ, ਫੋਨ ਹੀ ਲੱਕ ਵੱਜੇਗਾ ਮੇਰਾ, ਲੱਕ ਵੱਜ ਤੈਨੂੰ ਸੋਈ ਹਣੀ, ਤੈਨੂੰ ਸੋਈ। ਨੀਚੇ ਸੁਣ ਤਾਂ ਯਾਰ ਨੇ
ਯਾਰ ਉਹ ਪੂਲ 'ਚ ਨਾ ਮਜ਼ਾ ਨਹੀਂ ਆ ਰਿਹਾ ਸੀ ਅਤੇ ਅਸੀਂ ਹੁਣ ਨਵੇਂ ਪੂਲ 'ਚ ਆਏ ਹਾਂ। ਹੁਣ ਧਰਮੇ ਹੋਰਾਂ ਨੂੰ ਵੀ ਫੋਨ ਕਰਤਾ ਸੀਗਾ, ਉਹ ਵੀ ਆ ਗਏ ਨੇ, ਧਰਮਾ ਹਿੰਮਤ ਵੀ ਆ ਗਏ ਨੇ ਅਤੇ ਧੀਰਜ ਵੀ ਆਹ ਦੇਖੋ ਬੈਠਾ। ਆਪਾਂ ਸਾਰੇ ਇਕੱਠੇ ਹੋ ਗਏ ਸੀਗੇ, ਘੰਟਾ ਕੁ ਘਰੇ ਅਸੀਂ ਰਹਿ ਕੇ ਆਏ ਹਾਂ ਅਤੇ ਇੱਥੇ ਰਸ਼ ਦੇਖੋ ਕਿੰਨਾ ਆ, ਇੱਥੇ ਰੌਣਕ ਲੱਗੀ ਆ। ਸ਼ੈੱਡ ਆ ਨਾ ਇਹਦੇ ਕਰਕੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ। ਉੱਥੇ ਯਾਰ ਧੁੱਪ ਵੀ ਬਹੁਤ ਜ਼ਿਆਦਾ ਸੀਗੀ, ਇਹ ਉੱਥੇ ਧੁੱਪ ਬਹੁਤ ਜ਼ਿਆਦਾ ਸੀਗੀ, ਇੱਥੇ ਸ਼ੈੱਡ ਕਰਕੇ ਨਾ ਸਹੀ ਆ। ਠੀਕ ਹੈ ਅਤੇ ਹੁਣ ਹੋ ਗਿਆ ਮੁੰਡੇ ਸਟਾਰਟ, ਚੱਲ ਵੀ ਮਿੱਤਰਾ ਚੱਲ ਗਿਆ ਜੀ, ਐ ਰਹਿ ਗਿਆ, ਵੇਟ ਵੇਟ ਚੱਲ ਵੀ। ਲਓ ਵੀ ਮਿੱਤਰੋ, ਪੂਲ ਤੋਂ ਅਸੀਂ ਨਹਾ ਕੇ ਘਰੇ ਆ ਚੁੱਕੇ ਸੀਗੇ ਅਤੇ ਮੈਂ ਘਰੇ ਆ ਕੇ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਗਿਆ ਸੀਗਾ ਦਰਸ਼ਨ ਕਰਨ ਲਈ। ਸੋ ਅੱਜ ਦਾ ਵਲੋਗ ਵੀ ਅਸੀਂ ਇੱਥੇ ਐਂਡ ਕਰਦੇ ਹਾਂ। ਸੋ ਹੋਪ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਹੋਊਗਾ। ਅਗਰ ਵਧੀਆ ਲੱਗਾ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਜੋ ਗਲਤ ਆ ਉਹ ਵੀ ਦੱਸਿਆ ਕਰੋ, ਜੋ ਵਧੀਆ ਆ ਉਹ ਵੀ ਦੱਸਿਆ ਕਰੋ। ਸੋ ਇੰਸਟਾਗ੍ਰਾਮ 'ਤੇ ਜਾ ਕੇ ਕਰ ਲਓ ਫੋਲੋ ਅਤੇ ਨਾਲ ਹੀ ਥੈਂਕ ਯੂ ਜੀ।